ਇੱਕ ਪਹਿਲਵਾਨ ਬੰਦਾ ਸੀ ਚੋਖਾ ਜ਼ੋਰਾਵਾਰ ਸੀ ਚੰਗਾ ਸੌਖਾ ਤੇ ਠੀਕ ਠਾਕ ਬੰਦਾ ਸੀ ਇੱਕ ਖੱਜ ਤੇ ਚਵਲ ਜਿਹੀ ਬੰਦਾ ਸੀ ਉਹ ਉਸ ਪਹਿਲਵਾਨ ਦੇ ਨਾਲ ਨਾ ਖੇ ਕਰੇ ਪੰਗੇਬਾਜ਼ੀ ਕਰੇ ਉਹਨੂੰ ਸਤਾਏ ਕਰੇ ਇੱਕ ਦਿਨ ਲੋਕਾਂ ਨੇ ਪਹਿਲਵਾਨ ਨੂੰ ਆਖਿਆ ਕਿ ਪਹਿਲਵਾਨ ਉਹ ਤੇਰੇ ਲੈਵਲ ਦਾ ਬੰਦਾ ਵੀ ਨਹੀਂ ਤੇ ਤੇਰੇ ਨਾਲ ਅੜ ਫਸ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹਨੂੰ ਕੋਈ ਦੂਰ ਹੱਥ ਵਹਾ ਹੀ ਛੱਡ ਤੇ ਪਹਿਲਵਾਨ ਨੇ ਬੜੇ ਸੋਹਣੇ ਲਫ਼ਜ਼ ਬੋਲੇ ਉਹਨੇ ਆਖਿਆ ਯਾਰ ਗੱਲੇ ਵੇ ਮੈਂ ਵੀ ਇਹ ਗੱਲਾਂ ਨਾ ਕਿ ਉਹ ਮੇਰੇ ਲੈਵਲ ਦਾ ਨਹੀਂ। ਅਗਰ ਤੇ ਮੈਂ ਉਹਨੂੰ ਕੋਈ ਦੋ ਮਾਰਾਂ ਤੇ ਫੇਰ ਵੀ ਮੇਰੀ ਬਿਜ਼ਤੀ ਹੈ। ਕਿ ਵੇਖਣ ਵਾਲਿਆਂ ਨੇ ਆਖਣਾ ਹੈ ਦੁਨੀਆ ਨੇ ਆਖਣਾ ਹੈ ਕਿ ਉਹ ਜਿਹਨੂੰ ਮਾਰੇ ਉਹ ਤੇ ਤੇਰੇ ਲੈਵਲ ਦਾ ਹੀ ਨਹੀਂ ਕਿ ਲੈਵਲ ਦੇ ਬੰਦੇ ਨੂੰ ਮਾਰਨਾ ਹੈ। ਔਰ ਅਗਰ ਖੁਦਾਨ ਹਾਸਤਾ ਮੈਂ ਉਹਦੇ ਨਾਲ ਮਤਲਬ ਅੱਡ ਫਸ ਮੈਂ ਵੀ ਕਰਾਂ। ਉਹਦੇ ਕੋਲੋਂ ਕਿਤੇ ਦੋ ਮੈਨੂੰ ਲੱਗ ਜਾਣ ਤੇ ਫੇਰ ਵੀ ਮੇਰੀ ਬਿਜ਼ਤੀ। ਲੋਕਾਂ ਆਖਣਾ ਮਾਰ ਖਾਦੀ ਆ ਤੇ ਖਾਦੀ ਕਿਦੇ ਕੋਲੋਂ। ਉਸ ਖੱਜ ਦੇ ਬੰਦੇ ਕੋਲ ਉਸ ਚਵਲ ਦੇ ਬੰਦੇ ਕੋਲ ਸੋ ਇਹ ਕਿ ਮੇਰੇ ਲੈਵਲ ਦਾ ਨਹੀਂ ਮੈਂ ਇਹਦੇ ਨਾਲ ਲੜਦਾ ਮੈਂ ਇਹਨੂੰ ਮਾਰਦਾ ਮੈਂ ਇਹਨੂੰ ਕੁੱਟਦਾ ਵੀ ਚੰਗਾ ਨਹੀਂ ਲੱਗਦਾ ਅਗਰ ਮੈਂ ਇੱਕ ਮੁਕਾਬਲਾ ਵੀ ਕਰਾਂਗਾ ਤੇ ਆਪਣੇ ਲੈਵਲ ਦੇ ਬੰਦੇ ਨਾਲ ਕਰਾਂਦਾ ਜਿਹਦੇ ਨਾਲ ਮੇਰਾ ਬੰਦਾ ਹੋਇਆ ਕੁਰਾਨ ਮਜੀਦ ਦੀ ਸੂਰਤ ਅਲ ਫੁਰਕਾਨ ਦੀ ਆਇਤ ਨੰਬਰ 63 ਦੇ ਵਿੱਚ ਅੱਲਾ ਰੱਬ ਉਲ ਇਜ਼ਤ ਫਰਮਾਉਂਦੇ ਨੇ ਜਿਹਦਾ ਤਰਜਮਾ ਇਹ ਵੇ ਕਿ ਔਰ ਰਹਿਮਾਨ ਕੇ ਬੰਦੇ ਵੋ ਹੈਂ जो जमीन पर आहिस्तगी से चलते हैं और जब इनसे जाहिल बहस करते हैं तो वो कहते हैं बस सलाम हो ये नहीं आते सलामैकम आते यार तेनो सलाम है यानी कि सलाम पे कि जेडे रहमान दे बंदे ने वो जाहिलां ना दे नाल बहस नहीं कर दे किनारा कर करते और अगर किसी जाहिल अगू भी कोई बहस करे उसके मुकाबले के बराबर दी ਤੇ ਕੀ ਸਮਝੋ ਆਵਾਦ ਨਾਬੰਦਾ ਉਹ ਵੀ ਜਾਹਲੀ ਸਮਝ ਆਈ ਮੇਰੀ ਗੱਲ ਦੀ ਮਿਸਾਲ ਦੇ ਤੌਰ ਤੇ ਕਿ ਖੋਤੇ ਦੇ ਉੱਤੇ ਬੈਠਾ ਹੋਵੇ ਤੇ ਖੋਤੇ ਨੂੰ ਬਾਰ ਬਾਰ ਗਾਲਾਂ ਕੱਢੇ ਗੰਦੇ ਲਫ਼ਜ਼ ਇਸਤੇਮਾਲ ਕਰੇ ਤਾਂ ਕਿ ਉਹ ਖੋਤਿਆ ਉਹ ਖੋਤਿਆ ਉਹ ਖੋਤਿਆ ਵੇਖਣ ਵਾਲੇ ਨੇ ਅਖਣਾ ਕਿ ਉਹ ਹੈ ਹੀ ਖੋਤਾ ਉਹ ਕਿਹੜਾ ਖਚਰ ਏ ਜਾਂ ਘੋੜਾ ਏ ਜਾਂ ਕੋਈ ਹੋਰ ਜਾਨਵਰ ਖੋਤੇ ਨੂੰ ਖੋਤਿਆ ਖੋਤਿਆ ਖੋਤਿਆਂ ਵਾਂਗੂ ਬਾਰ ਬਾਰ ਉਹਨੂੰ ਹੈ ਤੇ ਦਾ ਮਤਲਬ ਤੂੰ ਵੀ ਖੋਤਾ ਏਂ ਸੋ ਇਸ ਵਾਸਤੇ ਜਾਹਲਾਂ ਨਾਲੋਂ ਕਿਨਾਰਾ ਕਰਨਾ ਹੀ ਬਿਹਤਰ ਹੈ ਅਗਰ ਕੋਈ ਬੰਦਾ ਗਾਲ ਕੱਢੇ ਉਹਦਾ ਜਵਾਬ ਗਾਲੀ ਦੇ ਵਿੱਚ ਹੀ ਦਵੋ ਉਹ ਜਿਵੇਂ ਮਤਲਬ ਉਹ ਕਰੇ ਉੰਜ ਹੀ ਬਿਲਕੁਲ ਕਰੋ ਤੇ ਵੇਖਣ ਵਾਲੇ ਤੁਹਾਡੇ ਵਿੱਚ ਤੇ ਉਹਦੇ ਵਿੱਚ ਕਿਵੇਂ ਫਰਕ ਮਹਿਸੂਸ ਕਰਨਗੇ ਕਿ ਇਹ ਜਾਹਲ ਹੈ ਤੇ ਇਹ ਦਿਨਾ ਬੰਦਾ ਮੈਂ ਇੱਥੇ ਇੱਕ ਨਿੱਕੀ ਜਿਹੀ ਮਿਸਾਲ ਸੁਣਾਉਣਾ ਜ਼ਰੂਰੀ ਸਮਝਾਂਗਾ ਪੰਜਾਬੀ ਦਾ ਇੱਕ ਮੁਹਾਵਰਾ ਇੱਕ ਮਿਸਾਲ ਬੋਲੀ ਜਾਂਦੀ ਹੈ ਕਿ ਇੱਜ਼ਤਦਾਰ ਅੰਦਰ ਵੜਿਆ ਤੇ ਲੁਚਾ ਕੇ ਮੈਥੋਂ ਡਰਿਆ ਕਿਉਂਕਿ ਲੁਚਾ ਜਾਨੂ ਉੱਚਾ ਹੁੰਦਾ ਆ ਜਿੰਨੇ ਲਾ ਲਈਏ ਲੋਈ ਕੀ ਕਰੇ ਫਿਰ ਕੋਈ ਇਹ ਜਿਹੜਾ ਇੱਜ਼ਤਦਾਰ ਬੰਦਾ ਹੁੰਦਾ ਨਾ ਉਹਦੇ ਕੋਲ ਸਿਰਫ ਔਰ ਸਿਰਫ ساری ਜ਼ਿੰਦਗੀ ਦੀ ਜਮਾ ਪੂੰਜੀ ਇੱਜ਼ਤ ਹੀ ਹੁੰਦੀ ਤੇ ਜਿਹੜਾ ਬੰਦਾ ਖੁਦ ਬੇਇੱਜ਼ਤਾ ਹੋਵੇ ਜਿਹਦੇ ਕੋਲ ਇੱਜ਼ਤ ਹੋਵੇ ਹੀ ਨਾ ਉਹਨੂੰ ਕੀ ਪਤਾ ਇੱਜ਼ਤ ਕੀ ਹੁੰਦੀ ਉਹ ਕਿਸੇ ਦੀ ਇੱਜ਼ਤ ਨੂੰ ਲਾਂਦਿਆਂ ਵੀ ਤਾਰ-ਤਾਰ ਕਰਦਿਆਂ ਵੀ ਬਿਲਕੁਲ ਨਹੀਂ ਸ਼ਰਮਾਂਦਾ ਕਿਉਂਕਿ ਉਹ ਵਾਕਿਫ ਹੀ ਨਹੀਂ ਹੁੰਦਾ ਕਿ ਇੱਜ਼ਤ ਕੀ ਹੁੰਦੀ ਹੈ। ਅਗਰ ਤੁਸੀਂ ਕਿਸੇ ਇੱਜ਼ਤਦਾਰ ਬੰਦੇ ਨੂੰ ਇੱਜ਼ਤ ਦਿਓ ਨਾ ਤੇ ਉਹ ਅਗੂ ਸ਼ਰਮਾਏਗਾ। ਲੇਕਿਨ ਅਗਰ ਤੁਸੀਂ ਕਿਸੇ ਬਦਨਸਲੇ ਬੰਦੇ ਨੂੰ ਇੱਜ਼ਤ ਦਿਓ ਨਾ ਤੇ ਉਹ ਅਗੂ ਆਕਰ ਜਾਏਗਾ। ਐਂਜ ਮਤਲਬ ਕਿ ਮੈਂ ਪਤਾ ਨਹੀਂ ਕੀ ਹਾਂ। ਸੇ ਇਸ ਵਾਸਤੇ ਅਗਰ ਇੱਜ਼ਤ ਵੀ ਦਿਓ। ਅਗਰ ਕਿਸੇ ਨੂੰ ਰਿਸਪੈਕਟ ਦਿਓ, ਕੋਈ ਮੁਕਾਮ ਦਿਓ ਤੇ ਇਹ ਵੇਖੋ ਕਿ ਸਾਡੀ ਇਸ ਦਿੱਤੀ ਹੋਈ ਇੱਜ਼ਤ ਨੂੰ ਅਗਲਾ ਸਾਡੀ ਕਮਜ਼ੋਰੀ ਤੇ ਨਹੀਂ ਸਮਝਦਾ ਪਿਆ ਔਰ ਇੱਜ਼ਤਦਾਰ ਬੰਦਾ ਅਗਰ ਤੁਸੀਂ ਇੱਜ਼ਤ ਦਿਓਗੇ ਉਹ ਬਦਲੇ ਤੁਹਾਨੂੰ ਇੱਜ਼ਤ ਦੇਗਾ ਔਰ ਬਦਨਸਲਾ ਬੰਦਾ ਅਗਰ ਤੁਸੀਂ ਉਹਨੂੰ ਇੱਜ਼ਤ ਦਿਓਗੇ ਉਹ ਬਦਲੇ ਦੇ ਵਿੱਚ ਤੁਹਾਨੂੰ ਬੇਇੱਜ਼ਤ ਤੇ ਬਦਨਾਮ ਕਰੇਗਾ ਮੈਂ ਨਾ ਰੱਬਾ ਸੋਹਣਿਆ ਮੁਨਾਫਕ ਸੱਜਣ ਨਾ ਦੇਈ ਤੇ ਬੇਗਹਿਰਤ ਦੁਸ਼ਮਣ ਨਾ ਦੇਈ ਕਿਉਂਕਿ ਜਿਹੜਾ ਮੁਨਾਫਕ ਸੱਜਣ ਹੁੰਦਾ ਹੈ ਨਾ ਉਹ ਨਾਲ ਬੈਂਦਾ ਖਾਂਦਾ ਰਹਿੰਦਾ ਆਉਂਦਾ ਜਾਂਦਾ ਸੰਦਾ ਲੇਕਿਨ ਉਹਦਾ ਪਤਾ ਨਹੀਂ ਲੱਗਦਾ ਕਿ ਇਹ ਸਾਡਾ ਸੱਜਣ ਹੈ ਕਿ ਸਾਡਾ ਦੁਸ਼ਮਣ ਹੈ ਇਸੇ ਤਰ੍ਹਾਂ ਜਿਹੜਾ ਮੁਖਾਲਫ ਹੋਵੇ ਜਿਹੜਾ ਦੁਸ਼ਮਣ ਹੋਵੇ ਦੁਆ ਕਰੋ ਕਿ ਉਹ ਖਾਨਦਾਨ ਨਹੀਂ ਹੋਵੇ ਉਹ ਬੇਗੈਰਤ ਨਾ ਹੋਵੇ ਉਹ ਕੋਈ ਬਦ ਨਸਲਾ ਨਾ ਹੋਵੇ ਉਹਦੀ ਵਜ੍ਹਾ ਇਹ ਵੇ ਕਿ ਜਿਹੜਾ ਬੇਗੈਰਤ ਦੁਸ਼ਮਣ ਹੁੰਦਾ ਨਾ ਜਿਹੜਾ ਬਦ ਨਸਲਾ ਦੁਸ਼ਮਣ ਹੁੰਦਾ ਉਹ ਅਗਲੇ ਦੀ ਇੱਜ਼ਤ ਦੀ ਪਰਵਾਹ ਨਹੀਂ ਕਰਦਾ ਉਹ ਬੰਦਿਆਂ ਵਾਂਗੂ ਲੜਦਾ ਨਹੀਂ ਸੋ ਇਸ ਵਾਸਤੇ ਦੁਆ ਕਰਿਆ ਕਰੋ ਕਿ ਰੱਬਾ ਸੋਹਣਿਆ ਸੱਜਣ ਹੋਵੇ ਤੇ ਮਨਾਫਕ ਨਾ ਹੋਵੇ ਤੇ ਜੇ ਦੁਸ਼ਮਣ ਹੋਵੇ ਤੇ ਬਗੈਰਤ ਨਾ ਹੋਵੇ